चंडीगढ़ नगर निगम वालों शहरों नूं सैनिटाइज़ करन लई ट्रैक्टरां दा सहारा लिया जा रहा। ट्रैक्टरां दे सैनिटाइजेशन मशीनां ला के करीब 10 मीटर तक प्रैशर नाल सैनिटाइज़ किया जा रहा। जी पंजाब हरियाणा हिमाचल की टीम ने भी इस सैनिटाइजेशन ड्राइव का जायजा लिया है। चंडीगढ़ च सैनिटाइजेशन का काम किस तरीके चल रहा है असीं उह तुहानूं दिखाउण लई आए हां ग्राउंड जीरो ते। तुसी फिलहाल देख सकते हो असीं ट्रैक्टर के अंदर मौजूद हाँ ते किस तरीके नाल इत्थे सैनिटाइजर की मशीन लाई गई है ते किस तरीके नाल जिहड़ा है वह सैनिटाइज जिहड़ा है पूरे इलाके नूं कीता जांदा। तुसी देख सकते हो घट्टो घट 10 तों 15 मीटर तक जिहड़ा है वह छिड़काव इस तरीके नाल कीता जांदा सड़कां ते ताकि किसी भी तरीके का जो कोई भी वायरस जिहड़ा है वह फैलिया हुआ तो उसनू उसी तरीके नाल नष्ट किया जा सके। इस नाल ही तुसी देख सकते हो किस तरीके नाल जिहड़े घर ने घर की जिन्नी भी पार्किंग क्योंकि गड्डियां जिहड़ियां ने वह बाहरों आंदियां ने ज़्यादातर जी डिस्टेंस क्रॉस कर दिया ने उन्होंने तो भी किसी तरीके जो है वो इस तरीके सैनिटाइज जो है वो किया जा रहा है। एक वड्डा उपराला जो है वह म्युनिसिपल कॉरपोरेशन चंडीगढ़ वालों ये किया गया है। फिलहाल साढ़े नाल होर भी जोड़े लोग ने क्योंकि ये ड्यूटी है जी है वो पूरे सिटी ब्यूटीफुल चलाई गई है कई सारे जोड़े लोग ने तो थोड़ा दस दिए एक सिर्फ एक ट्रैक्टर नहीं है बल्कि यहोजे घट्टो घट 15 ट्रैक्टर ने जोड़े कि सिटी ब्यूटीफुल सैनिटाइज करने का काम कर रहे हैं। सर थोड़े ना गल कर लिए तुम सारा सैनिटाइज करते हो ਕਿੰਨਾ ਕੁ ਟਾਈਮ ਜਿਹੜਾ ਹੈ ਉਹ ਲੱਗਦਾ ਹੈ ਤੇ ਕਿੰਨੇ ਕੁ ਏਰੀਆ ਕਵਰ ਕਰ ਰਹੇ ਹੋ? ਸਰ ਸਾਡੀ ਵੈਸੇ ਤਾਂ ਐਕਚੁਅਲੀ 8 ਘੰਟੇ ਡਿਊਟੀ ਹੈਗੀ ਹੈ। 8 ਘੰਟੇ 'ਚ ਅਸੀਂ ਕਰ ਦਿੰਦੇ ਹਾਂ 6-7 ਏਰੀਆ ਕਰ ਦਿੰਦੇ ਜੀ, ਪੂਰੇ ਏਰੀਏ ਨੂੰ ਕਲੀਨ ਕਰਦੇ ਹਾਂ ਜੀ। ਇਹ ਰੋਜ਼ ਹੁੰਦਾ ਇਸੇ ਤਰੀਕੇ ਨਾਲ? ਜੀ ਰੋਜ਼ ਇਸੇ ਤਰੀਕੇ ਨਾਲ ਹੁੰਦਾ ਜੀ। ਤੇ ਸਰ ਤੁਹਾਡੇ ਨਾਲ ਵੀ ਗੱਲ ਕਰ ਲੈਂਦੇ ਹਾਂ ਜੇ ਗੱਲ ਕਰੀਏ ਕਿਉਂਕਿ ਅਸੀਂ ਦੇਖ ਰਹੇ ਹਾਂ ਜਿਸ ਤਰੀਕੇ ਨਾਲ ਸੈਨੀਟਾਈਜ਼ ਕੀਤਾ ਜਾ ਰਿਹਾ ਹੈ ਕਿੰਨਾ ਕੁ ਏਰੀਆ ਕਵਰ ਕਰ ਲੈਂਦੇ ਹੋ? ਜਿੱਦਾਂ ਸਾਡੀ ਇੱਕ ਟਰੱਕ ਨਾਲ ਅਸੀਂ ਤਕਰੀਬਨ ਇਹ ਮੰਨ ਲਓ ਇਹ ਹੈ ਬੀ ਸੈਕਟਰ 'ਚ ABC ਹੁੰਦਾ ਹੈ ਉੱਦਾਂ ਆਪਾਂ ਇੱਕ ਟੈਂਕ ਨਾਲ ਇਹ ਹੋ ਜਾਂਦਾ ਪੂਰਾ ਕਲੀਅਰ। ਦੁਬਾਰਾ ਸਾਡੇ ਕੋਲ ਪਾਣੀ ਦੀ ਟੈਂਕੀ ਆਉਂਦੀ ਹੈ ਉਹ ਪਾ ਕੇ ਦਵਾਈ ਪਾ ਕੇ ਫਿਰ ਦੁਬਾਰਾ ਕਰਕੇ ਅਸੀਂ 2-3 ਸੈਕਟਰ ਦਿਨ 'ਚ ਕਰ ਦਿੰਦੇ ਹਾਂ। 2-3 ਸੈਕਟਰ ਦਿਨ 'ਚੋਂ ਕਰ ਦਿੰਦੇ ਹਾਂ। ਨਾਲ ਜੇ ਗੱਲ ਕਰੀਏ ਟੈਂਕੀ ਦੀ ਕਿੰਨੇ ਲੀਟਰ ਸੈਨੀਟਾਈਜ਼ਰ ਜਿਹੜਾ ਇਹਦੇ ਵਿੱਚ ਪੈਂਦਾ? 1500 ਲੀਟਰ ਦੀ ਟੈਂਕੀ ਹੈ ਜੀ ਇਹਦੇ 'ਚ। ਅੱਜ ਅਸੀਂ ਜਿਹੜਾ ਸੈਨੀਟਾਈਜ਼ਰ ਹੈਗਾ ਉਸ 'ਚ ਅਸੀਂ ਪਾ ਕੇ ਅੱਧੀ ਟੈਂਕੀ 'ਚ ਪਾ ਦਿੰਦੇ ਹਾਂ ਉਹਦੇ ਬਾਅਦ ਪਾਣੀ ਪਾ ਕੇ ਅਤੇ ਫਿਰ ਅਸੀਂ ਕਰ ਦਿੰਦੇ ਹਾਂ। ਤੁਸੀਂ ਦੇਖ ਸਕਦੇ ਹੋ ਪੂਰੇ ਤਰੀਕੇ ਨਾਲ ਜਿਹੜੀ ਹੈ ਉਹ ਮਸ਼ੀਨਾਂ ਲਾਈਆਂ ਗਈਆਂ ਨੇ ਅਤੇ ਦੂਰ ਤੱਕ ਜਿਹੜਾ ਹੈ ਉਹ ਸੈਨੀਟਾਈਜ਼ ਜਿਹੜਾ ਹੈ ਉਹ ਕੀਤਾ ਜਾਂਦਾ। ਤੁਸੀਂ ਦੇਖ ਸਕਦੇ ਹੋ ਜਿਹੜਾ ਸੈਨੀਟਾਈਜ਼ਰ ਹੈ ਉਹਦੀ ਧਾਰ ਕਿੰਨੀ ਦੂਰ ਤੱਕ ਜਾਂਦੀ ਹੈ ਕਿ ਲੋਕਾਂ ਦੇ ਘਰ ਤੱਕ ਪਹੁੰਚ ਜਾਂਦੀ ਹੈ। ਜੇ ਲੋਕਾਂ ਦੇ ਘਰਾਂ ਦੇ ਅੰਦਰ ਸੈਨੀਟਾਈਜ਼ ਕਰਨਾ ਹੋਏ ਫਿਰ ਕਿਸ ਤਰੀਕੇ ਨਾਲ ਕਰਦੇ ਹੋ? ਸਰ ਐਕਚੁਅਲੀ ਇਹ ਘਰਾਂ 'ਚ ਯੂਜ਼ ਕਰਨੇ ਵਾਲਾ ਨਹੀਂ ਹੈਗਾ ਕਿ ਘਰ 'ਚ ਵੀ ਬੱਚੇ ਬੁੱਚੇ ਵੀ ਹੁੰਦੇ ਆ ਕਿ ਕੈਮੀਕਲ 'ਚ ਤੇਜ਼ ਹੁੰਦਾ। ਇਹ ਸਿਰਫ ਐਕਚੁਅਲੀ ਹੁੰਦਾ ਮੇਨ ਗੇਟਾਂ 'ਤੇ, ਜਿਹੜੇ ਮੇਨ ਗੇਟ ਹੋ ਗਏ ਕਿ ਮੇਨ ਗੇਟਾਂ 'ਤੇ ਥੋੜ੍ਹੀ ਜ਼ਿਆਦਾ ਪ੍ਰੋਬਲਮ ਹੁੰਦੀ ਹੈ ਕਿ ਬਾਹਰ ਦਾ ਬੰਦਾ ਆਉਂਦਾ ਪਹਿਲਾਂ ਮੇਨ ਗੇਟ ਨੂੰ ਹੱਥ ਲਾਉਂਦਾ। ਇਸ ਕਰਕੇ ਕਿ ਸਾਨੂੰ ਅਲਾਊਡ ਕੀਤਾ ਹੈ ਕਿ ਵੀ ਮੇਨ ਮੇਨ ਗੇਟ ਜਿਹੜੇ ਦਰੁੱਜੇ ਹੈ ਉਹਨਾਂ 'ਤੇ ਕਰਨਾ ਜੀ। ਤੁਸੀਂ ਦੇਖ ਸਕਦੇ ਹੋ ਕਿ ਪ੍ਰੈਸ਼ਰ ਪਾਈਪ ਜਿਹੜੀ ਉਹ ਨਾਲ ਲਈ ਗਈ ਹੈ। ਪ੍ਰੈਸ਼ਰ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਪ੍ਰੈਸ਼ਰ ਜਿਹੜਾ ਹੈ ਉਹ ਹੋਣਾ ਚਾਹੀਦਾ ਅਤੇ ਉਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਸੈਨੀਟਾਈਜੇਸ਼ਨ ਦਾ ਜਿਹੜਾ ਕੰਮ ਹੈ ਉਹ ਕੀਤਾ ਜਾ ਰਿਹਾ ਹੈ। ਇਹ ਵੀ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਏਰੀਆਜ਼ ਜਿਹੜੇ ਇਲਾਕਿਆਂ ਨੂੰ ਜਿਹੜਾ ਹੈ ਉਹ ਨਹੀਂ ਕਵਰ ਕੀਤਾ ਜਾ ਸਕਦਾ ਉਹ ਇਸ ਤਰੀਕੇ ਨਾਲ ਕਵਰ ਜਿਹੜੇ ਨੇ ਉਹ ਕੀਤੇ ਜਾਂਦੇ ਨੇ। ਕੈਮਰਾਮੈਨ ਅਸ਼ਵਨੀ ਦੇ ਨਾਲ ਬਜ਼ਮ ਵਰਮਾ, ਜ਼ੀ ਮੀਡੀਆ, ਚੰਡੀਗੜ੍ਹ।